ਨਾਗਾੜਾ ਪੁਲਿਸ ਨੇ BBMB ਕਲੋਨੀ ਏਰੀਆ ਵਿੱਚੋਂ 65 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਵਿਅਕਤੀ ਕੀਤੇ ਕਾਬੂ। SSP ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ DSP ਦਸੂਹਾ ਮਨੀਸ਼ ਕੁਮਾਰ ਦੇ ਹੁਕਮ ਅਨੁਸਾਰ ਅਤੇ ਥਾਣਾ ਮੁਖੀ ਅਜਮੇਰ ਸਿੰਘ ਦੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਛੇੜੀ ਗਈ ਮੁਹਿੰਮ ਨੂੰ ਉਸ ਵਕਤ ਹੋਰ ਬਲ ਮਿਲਿਆ ਜਦੋਂ ਤਲਵਾੜਾ ਪੁਲਿਸ ਦੀ ਟੀਮ ਨੇ BBMB ਹਸਪਤਾਲ ਤਲਵਾੜਾ ਰੋਡ ਅਤੇ ਸੈਕਟਰ 2 ਦੇ ਚੌਂਕ ਦੇ ਕੋਲ ਅਲੱਗ ਅਲੱਗ ਅਭਿਆਨ ਵਿੱਚ 2 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਫੜਿਆ। ਤਲਾਸ਼ੀ ਲੈਣ 'ਤੇ ਉਹਨਾਂ ਕੋਲੋਂ 30 ਗ੍ਰਾਮ ਅਤੇ ਦੂਜੇ ਕੋਲੋਂ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਇਸ ਮੌਕੇ 'ਤੇ ASI ਹਰਜੀਤ ਸਿੰਘ, ASI ਧਰਮਿੰਦਰ ਸਿੰਘ, ASI ਨਰਿੰਦਰ ਸਿੰਘ, ਨਿਰਮਲ ਸਿੰਘ, ਰਣਵੀਰ ਸਿੰਘ, CT ਕੁਲਦੀਪ ਅਵਸਥੀ ਨੇ ਸੰਯੁਕਤ ਟੀਮ ਵਿੱਚ ਸੈਕਟਰ 2 ਦੇ ਨੇੜੇ ਵਿਕਾਸ ਕੋਲੋਂ 30 ਗ੍ਰਾਮ ਨਸ਼ੀਲਾ ਪਾਊਡਰ ਫੜਿਆ ਅਤੇ ਦੂਜੇ ਕੇਸ ਵਿੱਚ ਪੁਲਿਸ ਨੇ ਹਸਪਤਾਲ ਰੋਡ ਉੱਤੇ ਸੈਕਟਰ 3 ਤੋਂ ਫੜਿਆ ਅਤੇ ਤਲਾਸ਼ੀ ਦੌਰਾਨ ਰਾਮ ਕੋਲੋਂ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਦੋਨਾਂ ਮਾਮਲਿਆਂ ਵਿੱਚ ਪੁਲਿਸ ਨੇ ਦੋਨਾਂ ਦੇ ਖਿਲਾਫ਼ NDPC ਐਕਟ 22-61-85 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਯੋਗ DGP ਸਾਹਿਬ ਅਤੇ ਮਾਨਯੋਗ SSP ਸਾਹਿਬ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ੀਲੀਆਂ ਵਸਤੂਆਂ ਦੀ ਸਮਗਲਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ਼ ਮੁਹਿੰਮ ਚਲਾਈ ਗਈ ਸੀ, ਜੋ ਮਿਤੀ 28-2-21 ਨੂੰ SI ਧਰਮਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਚੈਕਿੰਗ ਦੌਰਾਨ ਰਾਮ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਤਲਵਾੜਾ ਦੇ ਕਬਜ਼ੇ ਵਿੱਚੋਂ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਅਤੇ ASI ਹਰਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਚੈਕਿੰਗ ਦੌਰਾਨ ਵਿਕਾਸ ਸ਼ਰਮਾ ਸਾਨੋਹ ਬਲਵਾਨ ਰਾਮ ਵਾਸੀ ਤਲਵਾੜਾ ਦੇ ਕਬਜ਼ਾ ਵਿੱਚੋਂ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ, ਜਿਸ 'ਤੇ ਮੁਕੱਦਮਾ ਨੰਬਰ 17 ਅਤੇ ਮੁਕੱਦਮਾ ਨੰਬਰ 18 ਮਿਤੀ 28-2-21 ਨੂੰ 22-61-85 NDPS ਐਕਟ ਤਹਿਤ ਦਰਜ ਰਜਿਸਟਰ ਕੀਤੇ ਗਏ। ਸਰ ਟੋਟਲ ਕਿੰਨਾ ਸਮਾਨ ਸੀ ਇਹਨਾਂ ਕੋਲ? ਟੋਟਲ 30 ਗ੍ਰਾਮ ਇੱਕ ਅਤੇ 35 ਗ੍ਰਾਮ ਇੱਕ, 65 ਗ੍ਰਾਮ। ਮੈਂ ਇਹੋ ਕਹਿੰਦਾ ਵੀ ਪਬਲਿਕ ਸਾਡਾ ਵੱਧ ਤੋਂ ਵੱਧ ਸਾਥ ਦੇਵੇ ਅਤੇ ਨੌਜਵਾਨ ਜਿਹੜੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕੀਤਾ ਜਾਵੇ। खबरों में अपडेट रहने के लिए हमारे YouTube चैनल न्यूज़ क्राइम 24 को सब्सक्राइब करें और बेल बटन को जरूर दबाएं।